ਪੰਜਾਬੀ ਯੂਨੀਵਰਸਿਟੀ ਵੱਲੋਂ ਸਾਇੰਸ ਸਿਟੀ ਦੇ ਟੂਰ ਦੇ ਖਿਲਾਫ਼ ਸਰਕਾਰੀ ਰਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਵੱਲੋਂ ਅੱਜ ਡੀਸੀ ਦਫ਼ਤਰ ਤੱਕ ਮਾਰਚ ਕਰਕੇ ਨਾਅਰੇਬਾਜ਼ੀ ਕਰਦੇ ਹੋਏ ਡੀਸੀ ਦਫ਼ਤਰ ਦਾ ਘਿਰਾਓ ਕੀਤਾ। ਕਾਲਜ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ 'ਤੇ ਨਵਾਂ ਬੋਝ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੋ ਵਿਦਿਆਰਥੀ ਸਾਇੰਸ ਸਿਟੀ ਦੇ ਟੂਰ 'ਤੇ ਜਾਵੇਗਾ ਤਾਂ ਉਸ ਤਾਂ ਹੀ ਪ੍ਰੈਕਟੀਕਲ ਦੇ ਨੰਬਰ ਲੱਗਣਗੇ, ਨਹੀਂ ਤਾਂ ਨੰਬਰ ਨਹੀਂ ਲੱਗਣਗੇ। ਉਹਨਾਂ ਵਿਦਿਆਰਥੀਆਂ ਨਾਲ ਧੱਕਾ ਹੈ। ਗਰੀਬ ਵਰਗ ਦੇ ਵਿਦਿਆਰਥੀ 575 ਰੁਪਈਏ ਦਾ ਬੋਝ ਨਹੀਂ ਚੱਕ ਸਕਦੇ। ਇਸ ਨੂੰ ਲੈ ਕੇ ਅੱਜ ਵਿਦਿਆਰਥੀਆਂ ਨੇ ਡੀਸੀ ਦਫ਼ਤਰ ਦਾ ਘਿਰਾਓ ਕਰਕੇ ਡੀਸੀ ਨੂੰ ਮੰਗ ਪੱਤਰ ਦਿੱਤਾ। ਸੈਕਿੰਡ ਈਅਰ ਦੀ ਵਿਦਿਆਰਥਣ ਆ। ਸਰ ਸਰ ਅਸੀਂ ਕਾਲਜ ਤੋਂ ਪ੍ਰੋਟੈਸਟ ਸਟਾਰਟ ਕੀਤਾ ਹੈ ਅਤੇ ਪੂਰਾ ਅਸੀਂ ਇੱਧਰ ਆਏਗੇ ਆਪਣਾ ਡੀਸੀ ਦਫ਼ਤਰ ਦੇ ਅੱਗੇ ਧਰਨਾ ਇਸ ਕਰਕੇ ਲਾ ਰਹੇ ਹਾਂਗੇ ਕਿ ਜਿਹੜੀ ਯੂਨੀਵਰਸਿਟੀ ਆ ਉਹ ਕਹਿ ਰਹੀ ਹੈ ਕਿ 575 ਰੁਪਏ ਭਰ ਕੇ ਹਰ ਸਟੂਡੈਂਟ ਲਈ ਕੰਪਲਸਰੀ ਹੈਗਾ ਉੱਥੇ ਜਾਣਾ। ਇਹ ਦੱਸ ਦੇਣ ਸਾਨੂੰ ਕਿ ਕੰਪਲਸਰੀ ਕਿਉਂ ਆ ਸਟੂਡੈਂਟ ਲਈ? ਅੱਗੇ ਕਿਹੜਾ ਪ੍ਰੈਕਟੀਕਲ ਨਹੀਂ ਲਿਆ ਜਾਂਦਾ ਸੀ? ਕਾਲਜ ਦੇ ਵਿੱਚ ਹੀ ਲਿਆ ਜਾਂਦਾ ਸੀ ਪ੍ਰੈਕਟੀਕਲ, ਅਤੇ ਇਸ ਵਾਰੀ ਕਿਹੜਾ ਰੂਲ ਆ ਗਿਆ ਜਿਹੜਾ ਪ੍ਰੈਕਟੀਕਲ ਸਾਡਾ ਉੱਥੇ ਆ ਕੇ ਲਿਆ ਜਾਊਗਾ? ਸਾਨੂੰ ਉਹ ਦਿਖਾ ਕੇ ਪ੍ਰੈਕਟੀਕਲ ਲਿਆ ਜਾਊਗਾ ਕਿ ਇਹ ਗੱਲ ਹੈ, ਇਹ ਜੀ ਕਿਹੜੀ ਚੀਜ਼ ਆ ਉਹਦੇ ਵਿੱਚ ਜੋ ਸਾਨੂੰ ਉੱਥੇ ਹੀ ਦਿਖਾ ਕੇ ਪ੍ਰੈਕਟੀਕਲ ਲਿਆ ਜਾਊਗਾ? ਇੱਥੇ ਪ੍ਰੈਕਟੀਕਲ ਨਹੀਂ ਲਿਆ ਜਾਏਗਾ, ਹਰ ਸਟੂਡੈਂਟ ਲਈ ਕੰਪਲਸਰੀ ਕਰ ਦਿੱਤਾ ਉਹਨਾਂ ਨੇ। ਇਹ ਗੱਲ ਤਾਂ ਬਿਲਕੁਲ ਸਰਾਸਰ ਗਲਤ ਆ। ਜਿਹਨਾਂ ਸਟੂਡੈਂਟ ਕੋਲ ਪੈਸੇ ਹੈ ਨਹੀਂ ਉਹ 575 ਰੁਪਏ ਭਰਨ ਕਿੱਥੋਂ? ਜੇਕਰ ਇਹ ਇੱਦਾਂ ਦਾ ਕਰੀ ਜਾਣਗੇ ਸਾਡੇ ਨਾਲ ਧੱਕਾ, ਸਰਾਸਰ ਧੱਕਾ ਕਰ ਰਹੇ ਨੇ ਸਾਡੇ ਨਾਲ, ਜੇ ਇੱਦਾਂ ਹੀ ਧੱਕਾ ਚੱਲਦਾ ਰਹੇਗਾ ਤਾਂ ਅਸੀਂ ਪੱਕਾ ਧਰਨਾ ਲਾਵਾਂਗੇ ਜੇ ਨਾ ਸਾਡੀ ਗੱਲ ਸੁਣੀ ਗਈ ਤਾਂ। ਮੈਂ ਰਜਿੰਦਰਾ ਕਾਲਜ ਦੀ ਵਿਦਿਆਰਥਣ ਹਾਂ। ਅੱਜ ਅਸੀਂ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਹੈਗਾ। ਪੰਜਾਬੀ ਯੂਨੀਵਰਸਿਟੀ ਨੇ ਇੱਕ ਨਾਫਰਮਾਨੀ ਫੈਸਲਾ ਸੁਣਾਇਆ ਹੈਗਾ ਜਿਹਦੇ ਵਿੱਚ ਇਹ ਕਿ ਸੈਕਿੰਡ ਈਅਰ ਦੇ ਵਿਦਿਆਰਥੀ ਨੇ ਉਹ ਸਾਇੰਸ ਸਿਟੀ ਦਾ ਟ੍ਰਿਪ ਦੇਖਣ ਜਾਣਗੇ ਤਾਂ ਹੀ ਉਹਨਾਂ ਦੇ ਜਿਹੜੇ ਨੰਬਰ ਆ ਉਹ ਲੱਗਣਗੇ। ਅਸੀਂ ਇਸ ਫੈਸਲੇ ਦਾ ਵਿਰੋਧ ਕਰਦੇ ਹਾਂ। ਜੇਕਰ ਪੰਜਾਬੀ ਯੂਨੀਵਰਸਿਟੀ ਅਤੇ ਸਰਕਾਰ ਸਾਡੀ ਇਸ ਮੰਗ ਨੂੰ ਨਹੀਂ ਮੰਨਦੀ, ਅਸੀਂ ਇਹਦਾ ਵੱਡੇ ਪੱਧਰ 'ਤੇ ਸੰਘਰਸ਼ ਕਰਾਂਗੇ। ਕਿੰਨੇ ਚਾਰਜਸ ਲੈ ਰਹੇ ਨੇ? ਇਹ ਸਾਡੇ ਤੋਂ 575 ਰੁਪਏ ਚਾਰਜਸ ਲੈ ਰਹੇ ਨੇ ਪਰ ਸਟੂਡੈਂਟ। ਇਹਨਾਂ ਨੇ ਇਸ ਦਾ ਕੋਈ ਅਲਟਰਨੇਟ ਨਹੀਂ ਪੇਸ਼ ਕੀਤਾ ਹੈਗਾ ਕਿ ਕੋਈ ਵਿਦਿਆਰਥੀ ਨਹੀਂ ਦਊਗਾ ਤਾਂ ਉਹਦਾ ਐਡਜਸਟ ਕਰਾਂਗੇ, ਇੱਦਾਂ ਦਾ ਕੋਈ ਨਹੀਂ। ਬਲਕਿ ਇਹ ਕਹਿ ਰਹੇ ਕਿ ਜਿਹੜਾ ਸਟੂਡੈਂਟ ਨਹੀਂ ਜਾਊਗਾ ਉਹਦੀ ਡਿਗਰੀ ਰੋਕੀ ਜਾਊਗੀ। ਅਸੀਂ ਫਿਰ ਵੱਡੇ ਪੱਧਰ 'ਤੇ ਪੂਰੇ ਪੰਜਾਬ ਦੇ ਵਿੱਚ ਇਹਦਾ ਸੰਘਰਸ਼ ਬਣਾਵਾਂਗੇ ਅੱਗੇ। ਬਠਿੰਡਾ ਸਰਗਰਮੀ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।